15 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਜਦੋਂ ਤੋਂ ਸਿੰਘੂ ਬਾਰਡਰ ਤੇ ਘਟਨਾ ਵਾਪਰੀ ਹੈ ਬੇਅਦਬੀ ਦੀ ਤੇ ਉਸ ਤੋਂ ਬਾਅਦ ਲਖਵੀਰ ਸਿੰਘ ਟੀ2 ਨੂੰ ਸੋਧਾ ਲਾਇਆ ਗਿਆ ਨਿਹੰਗ ਸਿੰਘਾਂ ਦੇ ਵੱਲੋਂ ਉਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੋਈ ਨਾ ਕੋਈ ਬਖੇੜਾ ਉੱਥੇ ਚੱਲਦਾ ਹੀ ਰਹਿੰਦਾ ਅੱਜ ਦੇ ਤਾਜ਼ਾ ਘਟਨਾਕ੍ਰਮ ਦੀ ਗੱਲ ਕਰ ਲਈਏ ਤਾਂ ਨਿਹੰਗ ਅਮਨ ਸਿੰਘ ਦੀ ਜੋ ਤੋਂ ਤਸਵੀਰ ਬਾਹਰ ਆਈ ਹੈ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਉਸ ਤੋਂ ਬਾਅਦ ਵੀ ਕਈ ਕੁਝ ਵਾਪਰ ਰਿਹਾ ਹੈ ਤਾਜ਼ਾ ਘਟਨਾ ਵਾਪਰੀ ਉਹ ਵੀ ਅਸੀਂ ਦੱਸਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੁੱਢਾ ਦਲ ਦੇ ਜਥੇਦਾਰ ਬਾਬਾ ਮਾਨ ਸਿੰਘ ਨੇ ਨਿਹੰਗ ਅਮਨ ਸਿੰਘ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਅਸਥਾਨ ਤੇ ਗੁਰਮਤਾ ਕੀਤਾ ਗਿਆ ਹੈ ਇਸ ਦਲ ਪੰਥ ਦੇ ਵੱਲੋਂ ਤੇ ਉੱਥੋਂ ਸੁਨੇਹਾ ਭੇਜਿਆ ਹੈ ਜਥੇਦਾਰ ਬਾਬਾ ਮਾਨ ਸਿੰਘ ਦੇ ਵੱਲੋਂ ਕਿ ਬੁੱਢਾ ਦਲ ਦਾ ਨਾਮ ਹੈ ਜਿਹੜਾ ਉਹ ਅਮਨ ਸਿੰਘ ਨਾ ਵਰਤੇ ਉਹਨਾਂ ਨੇ ਕਿਹਾ ਕਿ ਅਮਨ ਸਿੰਘ ਦੀ ਆਪਣੀ ਵੱਖਰੀ ਜਥੇਬੰਦੀ ਹੈ ਬਾਬਾ ਮਾਨ ਸਿੰਘ ਦਾ ਨਾਮ ਇਹਨਾਂ ਦੇ ਵੱਲੋਂ ਨਾ ਵਰਤਿਆ ਜਾਵੇ ਨਾਲ ਹੀ ਉਹਨਾਂ ਨੇ ਸਪਸ਼ਟ ਕੀਤਾ ਕਿ 15 ਅਕਤੂਬਰ ਨੂੰ ਜੋ ਬੇਅਦਬੀ ਦੇ ਦੋਸ਼ੀ ਨੂੰ ਸੋਧਾ ਲਾਇਆ ਗਿਆ ਉਹਨਾਂ ਸਿੰਘਾਂ ਦੇ ਅਸੀਂ ਬਿਲਕੁਲ ਨਾਲ ਹਾਂ ਪੂਰੀ ਤਰ੍ਹਾਂ ਦੇ ਨਾਲ ਡਟ ਕੇ ਖੜੇ ਹਾਂ ਕਾਨੂੰਨੀ ਚਾਰਾਜੋਈ ਵੀ ਕੀਤੀ ਜਾਏਗੀ ਜੇਲ੍ਹ ਦੇ ਵਿੱਚ ਉਹ ਸਿੰਘ ਬੰਦ ਨੇ ਉਹਨਾਂ 'ਤੇ ਸਾਨੂੰ ਮਾਣ ਹੈ ਪਰ ਅਸੀਂ ਨਿਹੰਗ ਅਮਨ ਸਿੰਘ ਦਾ ਬਾਈਕਾਟ ਕਰਦੇ ਹਾਂ ਕਹਿੰਦੇ ਜਥੇਦਾਰ ਬਾਬਾ ਮਾਨ ਸਿੰਘ ਨੇ ਅਮਨ ਸਿੰਘ ਦੀ ਕੋਈ ਡਿਊਟੀ ਸਿੰਘੂ ਬਾਰਡਰ 'ਤੇ ਨਹੀਂ ਲਾਈ ਨਾ ਹੀ ਉਸ ਨਾਲ ਕੋਈ ਸਾਡਾ ਸੰਬੰਧ ਹੈ ਉਹਦਾ ਆਪਣਾ ਵੱਖਰਾ ਪੰਥ ਹੈ ਬਾਬਾ ਮਾਨ ਸਿੰਘ ਦੇ ਨਾਲ ਅਮਨ ਸਿੰਘ ਦਾ ਕੋਈ ਸੰਬੰਧ ਨਹੀਂ ਹੈ ਇਹ ਵਾਰੀ ਵਾਰੀ ਸਪਸ਼ਟ ਕੀਤਾ ਉਹ ਨਿਹੰਗ ਸਿੰਘ ਫੌਜਾਂ ਜਿਹੜੀਆਂ ਜੇਲ੍ਹ ਦੇ ਵਿੱਚ ਨੇ ਉਹ ਬੁੱਢਾ ਦਲ ਜਥੇਬੰਦੀ ਦੇ ਵਿੱਚੋਂ ਨਹੀਂ ਅਲੱਗ ਅਲੱਗ ਜਥੇਬੰਦੀਆਂ ਦੇ ਸਿੰਘ ਨੇ ਪਰ ਸਿੰਘਾਂ ਨੇ ਯੋਧਿਆਂ ਵਾਲਾ ਕੰਮ ਕੀਤਾ ਗਾ ਪਰ ਜੋ ਉੱਥੇ ਭਾਈ ਅਮਨ ਸਿੰਘ ਜੀ ਬੈਠੇ ਨੇ ਉਹ ਬੁੱਢੇ ਦਲ ਦਾ ਨਾਮ ਵਰਤ ਰਹੇ ਨੇ ਜਥੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ ਉਹਨਾਂ ਦਾ ਨਾਮ ਵਰਤ ਰਹੇ ਨੇ ਬਾਬਾ ਜੀ ਵੱਲੋਂ ਇਹ ਸਾਰੀ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਕਿ ਬਾਬਾ ਮਾਨ ਸਿੰਘ ਜੀ ਵੱਲੋਂ ਭਾਈ ਅਮਨ ਸਿੰਘ ਦੀ ਉੱਥੇ ਕੋਈ ਡਿਊਟੀ ਨਹੀਂ ਲਾਈ ਅਤੇ ਨਾ ਹੀ ਉਹਦਾ ਬੁੱਢਾ ਦਲ ਦਲ ਪੰਥ ਨਾਲ ਕੋਈ ਸੰਬੰਧ ਬਾਬਾ ਜੀ ਜਿਹੜੇ ਸਿੰਘਾਂ ਨੇ ਸੋਧਿਆ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਆ ਉਹਨਾਂ ਦੇ ਨਾਲ ਖੜੇ ਨੇ ਪੂਰਾ ਪੰਥ ਉਹਨਾਂ ਦੇ ਨਾਲ ਆ ਉਹਨਾਂ ਦੇ ਘਰਦਿਆਂ ਨਾਲ ਖੜਾ ਹੋਇਆ ਕਿ ਜਿਹੋ ਜਿਹੀ ਕਾਨੂੰਨੀ ਚਾਰਾਜੋਈ ਕਰਨੀ ਹੋਊਗੀ ਉਹ ਵੀ ਉਹਨਾਂ ਦਾ ਸਾਥ ਦਿੱਤਾ ਜਾਊਗਾ ਬੁੱਢਾ ਦਲ ਦੇ ਮੁਖੀ ਬਾਬਾ ਮਾਨ ਸਿੰਘ ਦੇ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਸਿੰਘੂ ਬਾਰਡਰ ਤੇ ਮੋਰਚਾ ਲਾ ਕੇ ਬੈਠੇ ਇੱਕ ਹੋਰ ਦਲ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਵੀ ਨਿਹੰਗ ਅਮਨ ਸਿੰਘ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਜਾਂਚ ਦੀ ਮੰਗ ਕੀਤੀ ਹੈ ਤਸਵੀਰ ਜਿਹੜੀ ਮੰਤਰੀ ਤੋਮਰ ਦੇ ਨਾਲ ਹੈ ਉਸ ਤੋਂ ਕਾਫੀ ਖਫਾ ਦਿਖੇ ਨੇ ਰਾਜਾ ਰਾਜ ਸਿੰਘ ਕਹਿੰਦੇ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਇਹ ਮੀਟਿੰਗ ਅਮਨ ਸਿੰਘ ਨੇ ਕਦੋਂ ਕੀਤੀ ਹੈ ਨਾ ਹੀ ਤਾਂ ਬਾਬਾ ਮਾਨ ਸਿੰਘ ਨੂੰ ਕੋਈ ਜਾਣਕਾਰੀ ਹੈ ਨਾ ਹੀ ਸਾਨੂੰ ਕੁਝ ਦੱਸਿਆ ਗਿਆ ਕਹਿੰਦੇ ਇਹ ਝੂਠ ਬੋਲ ਰਿਹਾ ਹੈ ਪੜਤਾਲ ਹੋਣੀ ਚਾਹੀਦੀ ਹੈ ਤੇ ਨਾਲ ਇਹ ਵੀ ਚੈਲੰਜ ਕੀਤਾ ਕਿ ਜੇ ਸਾਡੇ ਵਿੱਚੋਂ ਕੋਈ ਦੁਸ਼ਟ ਨਿਕਲੇ ਸਾਡੇ ਵਿੱਚੋਂ ਕੋਈ ਇਸ ਤਰ੍ਹਾਂ ਮੋਰਚੇ ਦੇ ਨਾਲ ਬੇਈਮਾਨਾ ਕਰਦਾ ਤੁਹਾਨੂੰ ਫੜਿਆ ਜਾਵੇ ਤੁਹਾਡੇ ਕੋਲ ਕੋਈ ਸਬੂਤ ਹੋਵੇ ਤਾਂ ਸਾਨੂੰ ਚਾਹੇ ਜਿਉਂਦਿਆਂ ਨੂੰ ਮਾਰ ਦਿਓ ਤੇ ਪਰ ਜੇ ਕਿਸੇ ਨੇ ਸਾਜ਼ਿਸ਼ ਕੀਤੀ ਉਹ ਵੀ ਬੇਨਕਾਬ ਹੋਣੀ ਚਾਹੀਦੀ ਹੈ ਬੇਅਦਬੀ ਮਾਮਲੇ ਦੇ ਵਿੱਚ ਜੇ ਅਸੀਂ ਕੋਈ ਗਲਤ ਐਕਸ਼ਨ ਲਿਆ ਹੋਵੇ ਤਾਂ ਵੀ ਅਸੀਂ ਸਜ਼ਾ ਦੇ ਹੱਕਦਾਰ ਹਾਂ ਸਾਨੂੰ ਤੁਸੀਂ ਸਜ਼ਾ ਦੇ ਦਿਓ ਮੋਰਚੇ ਨੂੰ ਢਾਹ ਨਹੀਂ ਲੱਗਣੀ ਚਾਹੀਦੀ ਇਹ ਐਲਾਨ ਰਾਜਾ ਰਾਜ ਸਿੰਘ ਨੇ ਕੀਤਾ ਹੈ ਕਿਹਾ ਕਿ ਨਿਹੰਗ ਅਮਨ ਸਿੰਘ ਤੇ ਹੁਣ ਸਾਨੂੰ ਸ਼ੱਕ ਹੋ ਰਿਹਾ ਹੈ ਤੇ ਇਸ ਦੀ ਪੜਤਾਲ ਹੋਣੀ ਚਾਹੀਦੀ ਹੈ ਮੀਟਿੰਗ ਕਿਉਂ ਹੋਈ ਤੇ ਕੀ ਅਸਲੀਅਤ ਹੈ ਤੇ ਇਹ ਸਾਰਾ ਪਤਾ ਲੱਗਣਾ ਚਾਹੀਦਾ ਨਾਲ ਹੀ ਰਾਜਾ ਰਾਜ ਸਿੰਘ ਨੇ ਸਾਰੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਇਹ ਕਿਸਾਨ ਮੋਰਚੇ ਨੂੰ ਫੇਲ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਮੋਰਚੇ ਨੂੰ ਢਾਹ ਲਾਉਣ ਵਾਸਤੇ ਬੇਅਦਬੀ ਦਾ ਸਹਾਰਾ ਲਿਆ ਜਾ ਰਿਹਾ ਹੈ ਤੇ ਸੰਗਤ ਨੂੰ ਇਸ ਵੱਡੀ ਸਾਜ਼ਿਸ਼ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਰਾਜਾ ਰਾਜ ਸਿੰਘ ਨੇ ਮੈਂ ਪ੍ਰੋੜਤਾ ਕਰਨਾ ਬਾਬਾ ਗੁਰਸੇਵਕ ਸਿੰਘ ਜੀ ਬਾਬਾ ਨੈਣ ਸਿੰਘ ਜੀ ਜੇਲ੍ਹ 'ਚ ਨੇ ਉਹਨਾਂ ਦਾ ਜਥੇਦਾਰ ਖੜਾ ਬਾਬਾ ਧਰਮ ਸਿੰਘ ਜੀ ਅਤੇ ਬਾਬਾ ਗੁਰਸੇਵਕ ਸਿੰਘ ਜੀ ਬਾਬਾ ਇਹ ਖੜੇ ਨੇ ਅਸੀਂ ਐਲਾਨ ਕਰਦੇ ਹਾਂ ਕਿ ਅੱਜ ਤੋਂ ਬਾਅਦ ਸਾਡਾ ਅਮਨ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਜੋ ਕੁਛ ਕੀਤਾ ਉਹ ਤੋਂ ਪੁੱਛ ਪੜਤਾਲ ਕਰੀ ਜਾਵੇ ਉਹਨੂੰ ਪੁਲਿਸ ਚੱਕ ਉਹਦੇ ਡਾਂਗਾ ਮਾਰ ਮਾਰ ਉਹਦੋਂ ਗੁਲਾਬੇ ਕੀ ਫੋਟੇ ਨਾਲ ਲੈਣ ਦੇਣਾ ਨਾ ਉਹਨੇ ਬਾਬਾ ਮਾਨ ਸਿੰਘ ਨੂੰ ਦੱਸਿਆ ਮੈਂ ਉੱਥੇ ਬੀਜੇਪੀ ਨੂੰ ਮਿਲਣ ਚੱਲਿਆ ਨਾ ਸਾਨੂੰ ਕਿਸੇ ਨੂੰ ਦੱਸਿਆ ਇਹ ਜੋ ਕੁਛ ਬੋਲਦਾ ਸਭ ਝੂਠ ਬੋਲ ਰਿਹਾ ਇਹਦੀ ਇਨਸਪਾਇਰੀ ਕਰਨੀ ਚਾਹੀਦੀ ਆ ਠੀਕ ਆ ਨਾ ਅਸੀਂ ਬਿਲਕੁਲ ਨਾਲ ਅਸੀਂ ਸਾਫ਼ ਸੁਥਰੇ ਬੰਦੇ ਹਾਂ ਅਤੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਜੇ ਸਾਡੇ 'ਚ ਏਮ ਕੀਮ ਕੋਈ ਨਿਕਲਿਆ ਜੀ ਪਰੂਫ ਵਿਦ ਪਰੂਫ ਸਾਡੇ ਸਾਹਮਣੇ ਕਰੋ ਮੋਰਚੇ ਨੂੰ ਬਦਨਾਮ ਕਰਨ ਵਾਸਤੇ ਜਾਂ ਮੋਰਚੇ ਨੂੰ ਢਾਹ ਲਾਉਣ ਵਾਸਤੇ ਜਾਂ ਮੋਰਚੇ ਨੂੰ ਖੇਡਣ ਵਾਸਤੇ ਜਾਂ ਬੀਜੇਪੀ ਨਾਲ ਕੋਈ ਸਾਜ਼ਿਸ਼ ਸਾਡੀ ਨਿਕਲੇ ਬਾਬਾ ਜੀ ਖੜੇ ਨੇ ਜ਼ਿੰਮੇਦਾਰੀ ਲੈਂਦੇ ਅਸੀਂ ਜਾਂ ਬੇਅਦਬੀ ਦੇ ਮਾਮਲੇ ਦੇ ਵਿੱਚ ਅਸੀਂ ਗਲਤ ਕੋਈ ਐਕਸ਼ਨ ਲਿਆ ਹੋਵੇ ਮੈਂ ਕਿਹਾ ਸਾਨੂੰ ਕੁੱਤਿਆਂ ਨੂੰ ਵੱਢ ਕੇ ਪਾ ਦਿਓ ਹੋਰ ਕੁਛ ਨਾ ਕਰਿਓ ਲਿਖ ਦੇਣ ਨੂੰ ਤਿਆਰ ਅਸੀਂ ਇਹ ਐਲਾਨ ਕਰਨ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਅੱਜ ਕੀ ਹੋਇਆ ਉਹ ਵੀ ਦੱਸ ਦਿੰਦੇ ਹਾਂ ਸਿੰਘੂ ਬਾਰਡਰ ਤੇ ਲੱਖਾ ਸਿਧਾਣਾ ਵੀ ਪਹੁੰਚੇ ਹੋਏ ਸੀ ਬਾਬਾ ਰਾਜਾ ਰਾਜ ਸਿੰਘ ਅਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਜਿਹੜੇ ਨੁਮਾਇੰਦੇ ਉੱਥੇ ਮੌਜੂਦ ਸੀ
ਤੇ ਉਹਨਾਂ ਨੇ ਨਿਹੰਗ ਅਮਨ ਸਿੰਘ ਦੇ ਇੱਕ ਸਾਥੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਦਾਵਾ ਕੀਤਾ ਕਿ ਇਸ ਬੰਦੇ ਨੇ ਇੱਕ ਇੱਥੇ ਦੁਕਾਨਦਾਰ ਸਿੰਘੂ ਬਾਰਡਰ ਦੇ ਨੇੜੇ ਕਿਸੇ ਦੁਕਾਨਦਾਰ ਦੇ ਨਾਲ ਮਾਰ ਕੁਟਾਈ ਕੀਤੀ ਹੈ, ਉਸਦੀ ਲੱਤ ਤੱਕ ਤੋੜ ਦਿੱਤੀ ਗਈ ਹੈ ਤੇ ਇਲਜ਼ਾਮ ਲਾਇਆ ਕਿ ਇਹ ਨਿਹੰਗ ਅਮਨ ਸਿੰਘ ਦਾ ਬੰਦਾ ਹੈ ਤੇ ਇਸ ਦੀ ਪੂਰੇ ਤਰੀਕੇ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਨਿਹੰਗ ਦਲ ਦੇ ਵਿੱਚ ਸ਼ਾਮਿਲ ਕਿਵੇਂ ਹੋਇਆ ਤੇ ਇਹ ਕੌਣ ਹੈ। ਅਮਨ ਸਿੰਘ ਦਾ ਬੰਦਾ ਵਾ, ਸਾਨੂੰ ਨਹੀਂ ਪਤਾ ਇੱਕ ਦੋ ਲੜਿਆ ਉਹਦੇ ਨਾਲ ਕਦੋਂ, ਨਹੀਂ ਇਹ ਉਹ ਦੱਸ ਸਕਦਾ। ਬਾਕੀ ਇਹ ਜੇ ਬੰਦੇ ਨੇ ਜੇ ਸਾਡੀਆਂ ਹਜੇ ਦੂਜਾ ਤਾਜ਼ਾ ਦੂਜਾ ਦੂਸਰੇ ਪਾਸੇ ਲਈ ਜਾਂਦੇ ਨੇ, ਵਿਆਹ ਦੇ ਵੀਰਾਂ ਘਟਨਾਵਾਂ ਹਜੇ ਹੋ ਕੇ ਹਟੀ, ਉਹ ਹਜੇ ਠੰਡਾ ਨਹੀਂ ਹੋ ਰਿਹਾ, ਇਹ ਹੋਰ ਛੇੜੀ ਜਾਂਦੇ ਨੇ ਇਹ ਜੇ ਲੋਕ ਆ ਕੇ। ਅਸੀਂ ਸਾਰਿਆਂ ਦੀ ਮੌਜੂਦਗੀ ਲੱਖਾ ਬਾਈ ਖੜ੍ਹਾ, ਬਾਬਾ ਜੀ ਪੁਲਿਸ ਖੜ੍ਹੀ ਆ, ਅਸੀਂ ਆਪ ਇਹਨੂੰ ਫਿਰ ਉੱਥੇ ਡਾਂਗ ਫੇਰੀ ਆ ਚੰਗੀ ਤਰ੍ਹਾਂ, ਫਿਰ ਕਿਆ ਪੁਲਿਸ ਆਈ, ਅਸੀਂ ਉਹਨੂੰ ਦੇਣ ਲੱਗੇ, ਸਾਡਾ ਕੁਛ ਨਹੀਂ ਲੱਗਦਾ, ਇਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਪੁੱਛਤਾਛ ਪੂਰੀ ਹੋ ਜਾਣੀ ਚਾਹੀਦੀ, ਕਿੱਥੋਂ ਆਏ ਨੇ। ਹੁਣ ਅਸੀਂ ਅਮਨ ਨੂੰ ਫੜਾਂਗੇ, ਉਹਨੂੰ ਵੀ ਬਖਸ਼ਾਂਗੇ ਨਹੀਂ ਹੈਗਾ, ਜਿਹੜੇ ਸਾਡੇ ਆ ਕੇ ਖੱਲਰ ਪਾ ਰਿਹਾ ਬਾਰ ਬਾਰ, ਸਾਨੂੰ ਬਾਰ ਬਾਰ ਜਿਹੜੀਆਂ ਉਹਦੇ ਇਸ ਮੌਕੇ ਲੱਖਾ ਸਿਧਾਣਾ ਵੀ ਨਾਲ ਹੀ ਮੌਜੂਦ ਸਨ ਤੇ ਜਿਹੜਾ ਵਿਅਕਤੀ ਉਹਨਾਂ ਨੇ ਫੜਿਆ ਹੋਇਆ ਸੀ ਨਿਹੰਗ ਅਮਨ ਸਿੰਘ ਦਾ ਸਾਥੀ ਕਹਿ ਕੇ, ਉਹ ਵੀ ਉਹਨਾਂ ਦੇ ਨਾਲ ਹੀ ਦਿਖਾਈ ਦੇ ਰਿਹਾ ਸੀ। ਲੱਖਾ ਸਿਧਾਣਾ ਨੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਤੁਹਾਡੇ ਅੰਦਰ ਬਹੁਤ ਸਾਰੇ ਜਿਹੜੇ ਇਹੋ ਜਿਹੇ ਬੰਦੇ ਸ਼ਾਮਿਲ ਕਰ ਦਿੱਤੇ ਗਏ ਨੇ ਜਿਨ੍ਹਾਂ ਦੀ ਤੁਹਾਨੂੰ ਪਛਾਣ ਕਰਨੀ ਚਾਹੀਦੀ ਹੈ। ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੈ ਕਿ ਇਕੱਠ ਕਰੋ, ਫੈਸਲਾ ਕਰਨਾ ਚਾਹੀਦਾ ਤੁਹਾਨੂੰ ਕਿ ਅੱਗੇ ਕੀ ਕਰਨਾ ਹੈ। ਅਜਿਹੇ ਬੰਦੇ ਜਿਹੜੇ ਸ਼ਾਮਿਲ ਹੋ ਜਾਂਦੇ ਨੇ ਪੰਥ ਦੇ ਵਿੱਚ, ਦਲ ਪੰਥ ਦੇ ਵਿੱਚ, ਤੇ ਫਿਰ ਨਿਹੰਗ ਸਿੰਘਾਂ ਦੀ ਨਿਹੰਗ ਜਥਿਆਂ ਦੀ ਬਦਨਾਮੀ ਕਰਾਉਂਦੇ ਨੇ, ਇਹਨਾਂ ਨੂੰ ਨਖੇੜਨਾ ਚਾਹੀਦਾ, ਇਹਨਾਂ ਨੂੰ ਨਖੇੜੋ, ਇਹ ਬੇਨਤੀ ਲੱਖਾ ਸਿਧਾਣਾ ਨੇ ਕੀਤੀ। ਨਾਲ ਹੀ ਉਹ ਜਿਹੜਾ ਬੰਦਾ ਫੜਿਆ ਸੀ ਉਸ ਬਾਰੇ ਦੱਸਿਆ ਕਿ ਕਰਨਾਲ ਦੇ ਪਿੰਡ ਵਸੀਨਾ ਦਾ ਰਹਿਣ ਵਾਲਾ ਹੈ, ਪਵਨ ਕੁਮਾਰ ਇਸਦਾ ਨਾਮ ਹੈ ਤੇ ਇਸਨੇ ਇੱਕ ਨਿੱਕੇ ਦੁਕਾਨਦਾਰ ਦੇ ਨਾਲ ਵਧੀਕੀ ਕੀਤੀ। ਹੁਣ ਇਹੋ ਜਿਹੇ ਬੰਦੇ ਜਿਹੜੇ ਨਿਹੰਗ ਬਾਣੇ ਦੇ ਵਿੱਚ ਆ ਕੇ ਨਿਹੰਗਾਂ ਨੂੰ ਵੀ ਬਦਨਾਮ ਕਰ ਰਹੇ ਆ, ਠੀਕ ਆ, ਤੇ ਨਾਲ ਜਿਹੜਾ ਇਹ ਹੁਣ ਇਹ ਪਤਾ ਕਰ ਕੀ ਰਿਹਾ ਸੀ ਕਰਤੂਤ, ਇਹਨੇ ਇੱਕ ਆਂਡਿਆਂ ਵਾਲਾ ਰੇਹੜੀ ਵਾਲਾ ਜਾ ਰਿਹਾ ਸੀ ਗਰੀਬ ਬੰਦਾ ਲੈ ਕੇ, ਉਹਦੇ ਟਾਂਗਾ ਮਾਰੀਆਂ ਮੁਰਗਿਆਂ ਵਾਲੇ ਦੀ। ਉਦੋਂ ਪਹਿਲਾਂ ਆਂਡੇ ਖੋਂਦਾ ਸੀ, ਮੁਰਗੇ ਖੋਂਦਾ ਸੀ, ਮੈਨੂੰ ਦੇਖ ਕੇ ਜਾ, ਉਹਨੇ ਜਵਾਬ, ਗਰੀਬ ਬੰਦਾ ਕਿੱਥੋਂ ਦਊਗਾ, ਫਿਰ ਉਹਨੇ ਉਹ ਇਸ ਬੰਦੇ ਨੂੰ ਰੱਤ ਉੜੀ ਆ ਹੋਰਾਂ ਦੇ ਟਾਂਗਾ ਮਾਰੀਆਂ। ਸੋ ਇਹ ਕਰਤੂਤ ਜਿਹੜੀ ਕਰ ਰਹੇ ਆ, ਆ ਬਾਬਾ ਰਾਜਾ ਰਾਜ ਸਿੰਘ ਜੀ ਖੜੇ ਆ, ਬਾਬਾ ਕੁਲਵਿੰਦਰ ਸਿੰਘ ਜੀ ਖੜੇ ਆ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਆ ਦੇਖੋ ਸਾਰਾ ਇਹਦਾ ਸਾਰੇ ਸਬੂਤ ਆ, ਇਹਦਾ ਆਧਾਰ ਕਾਰਡ ਹੈ, ਇਹਦਾ ਇਹਦਾ ਪੈਨ ਕਾਰਡ ਹੈ, ਵੀ ਹੁਣ ਅਸੀਂ ਇਹਨਾਂ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਵੀ ਤੁਹਾਡਾ ਬੜਾ ਯੋਗਦਾਨ ਆ, ਪਹਿਲੇ ਦਿਨ ਤੋਂ ਮੂਰਤੀਆਂ ਡਟੇ ਹੋਏ ਆ ਇੱਥੇ ਖੜੇ ਆ, ਪਰ ਤੁਹਾਡੇ ਬਾਣੇ 'ਚ ਆ ਕੇ, ਚਾਹੇ ਉਹ ਅਮਨ ਸਿੰਘ ਆ ਚਾਹੇ ਕੋਈ ਹੋਰ ਆ, ਜਿਹੜੇ ਵੀ ਬੰਦੇ ਇੱਥੇ ਖਰਾਬ ਕਰ ਰਹੇ ਆ ਮੋਰਚੇ ਨੂੰ, ਉਹਨਾਂ ਨੂੰ ਨਖੇੜ ਕੇ ਸਾਹਮਣੇ ਲੈ ਕੇ ਆਓ ਦੁਨੀਆ ਦੇ। ਅਤੇ ਜਿਹੜੀ ਵੀ ਘਟਨਾ ਵਾਪਰੀ ਹੈ 15 ਵਾਲੀ, ਉਹ ਪਹਿਲਾਂ ਵੀ ਇਹਨਾਂ ਨਾਲ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ, ਅਸੀਂ ਆਗੂਆਂ ਨਾਲ ਮੀਟਿੰਗ ਕਰ ਚੁੱਕੇ ਹਾਂ, ਵੀ ਉਹ ਸਪਸ਼ਟ ਹੋਣੀ ਚਾਹੀਦੀ ਹੈ, ਦੁੱਧ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ, ਵੀ ਉਹਦੇ ਪਿੱਛੇ ਸਾਜ਼ਿਸ਼ ਕੀਹਦੀ ਆ, ਕੌਣ ਕੌਣ ਬੰਦੇ, ਇਹ ਰੋਜ਼ ਇਹੋ ਜਿਹੀ ਘਟਨਾ, ਰੋਜ਼ ਕਿਸੇ ਦਾ ਟਰੈਕਟਰ ਖੋਲਿਆ, ਕਿਸੇ ਨੂੰ ਦੇ ਗਰੀਬ ਰੇਹੜੀ ਵਾਲੇ ਨੂੰ ਕੁੱਟਤਾ, ਕਿਸੇ ਦੇ ਘਰੇ ਵੜ ਕੇ ਉੱਥੇ ਬੁੜੀਆਂ ਨੂੰ ਧਮਕਾਤਾ, ਇਹ ਰੋਜ਼ ਦਾ ਕੰਮ ਆ। ਹਾਂ, ਰਾਮ ਸਿੰਘ ਰਾਣਾ ਜਿਹੜਾ ਗੋਲਡਨ ਹੱਟ ਵਾਲਾ, ਉਹਦੇ ਡਰਾਈਵਰ ਨੂੰ ਕੁੱਟਿਆ ਗਿਆ, ਉਹਦੀ ਗੱਡੀ ਭੰਨੀ ਗਈ, ਆ ਬਾਬਾ ਰਾਜਾ ਰਾਜ ਸਿੰਘ ਖੜਾ, ਇਹਨਾਂ ਨੇ ਫਿਰ ਇਹੀ ਬੰਦੇ, ਇਹਨਾਂ ਨੇ ਜਿਹੜੇ ਇਸ ਦਲ ਦੇ ਬੰਦੇ ਨੇ, ਇਹ ਲਗਾਤਾਰ ਜਿੱਦੇ ਦੇ ਇੱਥੇ ਆਏ ਬੈਠੇ ਨੇ, ਸਰਕਾਰ ਨਾਲ ਰਲ ਕੇ ਸਾਜ਼ਿਸ਼ਾਂ ਕਰ ਰਹੇ ਨੇ। ਅਸੀਂ ਇਤਨੀ ਸਿੰਘ ਜਥੇਬੰਦੀਆਂ ਦੀਆਂ ਹੋਰ ਵੀ ਉਹਨਾਂ ਨੂੰ ਵੀ ਕਹਿੰਦੇ ਆ ਵੀ ਇਹਦੀ ਪੜਤਾਲ ਕਰਕੇ ਇੱਥੇ ਬੰਦੇ ਕੱਢੇ ਜਾਣ, ਤੁਹਾਨੂੰ ਵੀ ਇਹ ਬਦਨਾਮ ਕਰ ਰਹੇ ਆ ਤੇ ਮੋਰਚੇ ਨੂੰ ਵੀ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ। ਤੇ ਹੁਣ ਸੁਣ ਲੈਂਦੇ ਹਾਂ ਉਸ ਨੂੰ ਵੀ ਜਿਹਨੂੰ ਫੜਿਆ ਗਿਆ, ਜਿਸ ਨੂੰ ਇੱਥੇ ਕਿਹਾ ਜਾ ਰਿਹਾ ਹੈ ਕਿ ਨਕਲੀ ਨਿਹੰਗ ਹੈ। ਨਵੀਨ ਕੁਮਾਰ ਜੋ ਅੰਮ੍ਰਿਤ ਛਕੇ ਸਿੰਘ ਸਜਿਆ ਸੀ, ਉਸ ਨੇ ਦੱਸਿਆ ਕਿ ਮੈਂ ਵਿਸਾਖੀ ਵੇਲੇ ਅੰਮ੍ਰਿਤ ਛਕਿਆ ਸੀ, ਸਿੱਖੀ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ ਸੀ, ਕਰਨਾਲ ਦੇ ਪਿੰਡ ਵਸੀਨਾ ਦਾ ਮੈਂ ਰਹਿਣ ਵਾਲਾ ਹਾਂ। ਇਹ ਜੋ ਕੁਛ ਵੀ ਕਿਹਾ ਉਹ ਸੁਣਦੇ ਆ। ਜਿਸ ਦਿਨ ਤੇ ਦਾਣਾ ਚਾਲੂ ਹੋਇਆ ਮੈਂ ਉਸ ਦਿਨ ਸੇ ਇੱਥੇ ਆਇਆ ਹੂੰ। ਮੈਨੇ 14 ਅਪ੍ਰੈਲ ਨੂੰ ਵਿਸਾਖੀ ਸੀ, ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ, ਮੇਰੇ ਕੇਸ਼ ਇੰਨੇ ਇੰਨੇ ਤੇ। ਮੈਨੇ ਬਾਬਾ ਮਾਨ ਸਿੰਘ ਤੇ ਗੱਲ ਦੱਸੀ, ਮੈਂ ਬਾਬੇ ਜੀ ਮੇਰੇ ਕੇਸ਼ ਤੋਂ ਇੰਨੇ ਇੰਨੇ ਆ ਅੰਮ੍ਰਿਤਸਰ, ਮੇਰੇ ਕੋਲ ਅੰਮ੍ਰਿਤ ਛਕਣ ਦਲਬੰਦਗੀ ਸੇਵਾ ਕਰਨੀ ਆ। ਬਾਬਾ ਮਾਨ ਸਿੰਘ ਜੀ ਬੋਲਿਆ ਕਿ ਚਲੋ ਕੋਈ ਨਹੀਂ, ਤੇਰੇ ਕੋਲ ਦਲਬੰਦਗੀ ਸੇਵਾ ਕਰਨੀ ਆ, ਤੂੰ ਅੰਮ੍ਰਿਤ ਛਕ ਲੈ, ਕੇਸ਼ ਤੇਰੇ ਆਸਤੇ ਆਸਤੇ ਵੱਧਦੇ ਜਾਊਂਗੇ। ਮੈਂ ਕੋਈ ਬਾਤ ਬਾਦਸ਼ਾਹ ਜੀ ਬਾਬਾ ਇਹ ਗੱਲ ਕਹਿੰਦੇ ਤਾਂ ਮੈਂ ਛਕ ਲੈਂਦਾ। ਬਾਬਾ ਅਮਨ ਦਲਬੰਦਾ ਪੰਜ ਪਿਆਰੇ ਹਿੰਮਤ ਸਿੰਘ ਚਮਕੌਰ ਸਾਹਿਬ ਸੱਚਾ, ਉਹ ਉੱਥੇ ਬੀੜੀ ਪੀਂਦਾ ਸੀ। ਮੈਂ ਉਸ ਕੋਲ ਬੋਲਿਆ, ਮੈਂ ਕਿਹਾ ਵੀਰੇ ਇੱਥੇ ਬੀੜੀ ਨਹੀਂ ਸੀ ਪੀ ਰਿਹਾ। ਮੈਂ ਉਸ ਕੋਲ ਬੋਲਿਆ, ਮੈਂ ਕਿਹਾ ਵੀਰੇ ਇੱਥੇ ਬੀੜੀ
ਗੱਡੀ ਨਾ ਪਏ ਝੂਠ ਬੋਲਦਾ ਜੀ ਝੂਠ ਬੋਲਦਾ ਕੀ ਕਰ ਰਿਹਾ ਅਗਰ ਬਾਬੇ ਜੀ ਅਗਰ ਮੈਨੂੰ ਗੱਲ ਕਰ ਰਿਹਾ ਜੋ ਲੋਕ ਜਾ ਰਹੇ ਤੇ ਉਸ ਕੇ ਲਾ ਥੋੜੀ ਆਪਣੇ ਤੇ ਇਹ ਸਾਰਾ ਕੁਝ ਜੋ ਚੱਲ ਰਿਹਾ ਸੀ ਤਾਂ ਨਿਹੰਗ ਅਮਨ ਸਿੰਘ ਵੀ ਇੱਥੇ ਪਹੁੰਚ ਗਏ ਨਿਹੰਗ ਅਮਨ ਸਿੰਘ ਨੇ ਕਿਹਾ ਕਿ ਸਾਡਾ ਇਸ ਬੰਦੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਹਿਲਾਂ ਇਹ ਸਾਡੇ ਨਾਲ ਰਹਿੰਦਾ ਰਿਹਾ ਸੀ ਤੇ ਬਾਬਾ ਮਾਨ ਸਿੰਘ ਨੇ ਇਸ ਦੀ ਲੰਗਰ ਦੇ ਵਿੱਚ ਡਿਊਟੀ ਲਾਈ ਸੀ ਜੇ ਇਹ ਗਲਤ ਹੈ ਤਾਂ ਇਸ ਨੂੰ ਬਣਦੀ ਸਜ਼ਾ ਜਿਹੜੀ ਆ ਉਹ ਦੇਣੀ ਚਾਹੀਦੀ ਹੈ ਸਾਡੇ ਕੋਲ ਤਾਂ 3 ਕੁ ਦਿਨ ਪਹਿਲਾਂ ਆਇਆ ਸੀ ਇਹ ਕਿਹਾ ਅਮਨ ਸਿੰਘ ਨੇ ਹਾਲਾਂਕਿ ਇੱਥੇ ਗੱਲਬਾਤ ਦੇ ਦੌਰਾਨ ਕਿਉਂਕਿ ਬਾਬਾ ਰਾਜਾ ਰਾਮ ਸਿੰਘ ਵੀ ਕੋਲ ਹੀ ਸੀਗੇ ਤੇ ਬਾਕੀ ਜਿਹੜੇ ਸਿੰਘ ਨੇ ਦਲ ਪੰਥ ਦੇ ਉਹ ਵੀ ਕੋਲ ਹੀ ਸੀ ਉਹਨਾਂ ਨੇ ਪੁੱਛਿਆ ਸਾਫ਼ ਸਾਫ਼ ਤੌਰ ਤੇ ਕਿਹਾ ਕਿ ਅਸੀਂ ਤੇਰੇ ਨਾਲ ਨਾਰਾਜ਼ ਹਾਂ ਤੇ ਤੂੰ ਮੀਟਿੰਗ ਬਾਰੇ ਕਿਸੇ ਨੂੰ ਵੀ ਕਿਉਂ ਨਹੀਂ ਦੱਸਿਆ ਤੇ ਇਹਨਾਂ ਗੱਲਾਂ ਤੋਂ ਨਿਹੰਗ ਅਮਨ ਸਿੰਘ ਨੇ ਟਾਲਾ ਹੀ ਵੱਟ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਨਵੀਨ ਕੁਮਾਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਰਸੋਂ ਆਇਆ ਹਲੇ ਪਰਸੋਂ ਵਿਸਾਖੀ ਦਾ ਦੱਸ ਰਿਹਾ ਤੇ ਬਾਬਾ ਮਾਨ ਸਿੰਘ ਨੂੰ ਲੰਗਰ ਛੱਡ ਕੇ ਗਿਆ ਸੀ ਲੰਗਰ ਦੀ ਸੇਵਾ ਕਰਦਾ ਸੀ ਉਹਨਾਂ ਨੂੰ ਇਹ ਪੁੱਛ ਕੇ ਰਿਹਾ ਪਰ ਰਹਿਣ ਦਾ ਭਾਵ ਇੰਨਾ ਮੈਂ ਮੀਡੀਆ ਨੂੰ ਕਲੀਅਰ ਕਰਨਾ ਵੀ ਕੋਈ ਵੀ ਨਿਹੰਗ ਸਿੰਘ ਆ ਭਾਵੇਂ ਮੇਰੀ ਜਥੇਬੰਦੀ ਦਾ ਕਿਸੇ ਵੀ ਜਥੇਬੰਦੀ ਦਾ ਉਹਨੂੰ ਬਣਦੀ ਸਜ਼ਾ ਜੋ ਵੀ ਇੱਥੇ ਸਾਰੀ ਜਥੇਬੰਦੀਆਂ ਨੂੰ ਮਿਲੂਗੀ ਜੇ ਉਹਦੇ ਦਲ ਪੰਥ 'ਚ ਭਰਤੀ ਹੋਇਆ ਤਾਂ ਦਲ ਪੰਥ ਕਿਸੇ ਨੂੰ ਇਹ ਸੋਝ ਹੀ ਨਹੀਂ ਦਿੰਦਾ ਵੀ ਕਿਸੇ ਦੀ ਲੱਤ ਤੋੜ ਦਿਉ ਦਲ ਪੰਥ ਇਹ ਨਹੀਂ ਕਹਿੰਦਾ ਵੀ ਕਿਸੇ ਦੀ ਬਿਨਾਂ ਗੱਲ ਤੋਂ ਕਿਸੇ ਦੀ ਲੱਤ ਤੋੜ ਦਿਉ ਜਾਂ ਕੋਈ ਐਦਾਂ ਕਿਸੇ ਤੋਂ ਜਾ ਕੇ ਮੁਰਗਾ ਮੂੰਗੇ ਕਦੇ ਵੀ ਸੋਝੀ ਨਹੀਂ ਹੈਗੀ ਦੂਸਰਾ ਭਾਵ ਕਹਿਣ ਦੀ ਗੱਲ ਇਹ ਹੈ ਵੀ ਇਹ ਬਿਲਕੁਲ ਸਾਹਮਣੇ ਖੜਾ ਇਹਨੂੰ ਇਹ ਪਰਸੋਂ ਆਇਆ ਇਹਨੂੰ ਜਾਂ ਕਿਸੇ ਵੀ ਜਥੇਬੰਦੀ ਨੇ ਜਾ ਸੀ ਕਿ ਇਹਨੂੰ ਕਿਹਾ ਵੀ ਤੁਸੀਂ ਇਹਦੀ ਲੱਤ ਤੋੜ ਦੇ ਉਹ ਇਹਦੀ ਆਪਣੀ ਜ਼ਿੰਮੇਵਾਰੀ ਇਹਨੇ ਸਜ਼ਾ ਕੀਤੀ ਆ ਜੋ ਇਹਦਾ ਜ਼ੁਲਮ ਆ ਇਹਨੂੰ ਪੁਲਿਸ ਪ੍ਰਸ਼ਾਸਨ ਇਹਨੂੰ ਦੇਵੇ ਅਸੀਂ ਬਿਲਕੁਲ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਇੱਕ ਮੋੜ ਹੋਰ ਆਇਆ ਹੈ ਜਦੋਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕਰਨਾਲ ਤੋਂ ਪ੍ਰਧਾਨ ਜਗਦੀਪ ਸਿੰਘ ਔਲਖ ਨੇ ਇਸ ਨਵੀਨ ਕੁਮਾਰ ਨਾਮ ਦੇ ਨਿਹੰਗ ਦੀ ਸੱਚਾਈ ਦੱਸੀ ਅਤੇ ਦਾਅਵਾ ਕੀਤਾ ਕਿ ਇਹ ਨੌਜਵਾਨ ਨਕਲੀ ਨਿਹੰਗ ਨਹੀਂ ਹੈ ਲੰਘੀ ਵਿਸਾਖੀ ਮੌਕੇ ਇਸਨੇ ਅੰਮ੍ਰਿਤ ਛਕਿਆ ਹੈ ਮੇਰੇ ਪਿੰਡ ਦੇ ਨਾਲ ਦਾ ਹੀ ਹੈ ਉਹਨਾਂ ਕਿਹਾ ਕਿ ਇੱਕ ਆਪਸੀ ਲੜਾਈ ਦਾ ਮਾਮਲਾ ਹੈ ਇਹਦੇ ਵਿੱਚ ਧਰਮ ਨੂੰ ਨਹੀਂ ਖਿੱਚਣਾ ਚਾਹੀਦਾ ਤੇ ਇਸ ਨੂੰ ਧਰਮ ਦੇ ਸੰਜੀਦਾ ਮਾਮਲੇ ਨੂੰ ਬੜੇ ਤਰੀਕੇ ਦੇ ਨਾਲ ਸੁਲਝਾਉਣਾ ਚਾਹੀਦਾ ਨਕਲੀ ਨਿਹੰਗ ਕਹਿ ਕੇ ਉਸਦਾ ਬਾਣਾ ਲੁਹਾ ਕੇ ਜੋ ਵੀ ਕੁਛ ਕੀਤਾ ਜਾ ਰਿਹਾ ਇਹ ਉਚਿਤ ਨਹੀਂ ਹੈ ਇਹ ਜਗਦੀਪ ਸਿੰਘ ਔਲਖ ਨੇ ਕਿਹਾ ਤੇ ਇਹਦੇ ਵਿੱਚ ਇਹ ਵੀ ਬਹੁਤ ਨੋਟ ਕਰਨ ਯੋਗ ਗੱਲ ਹੈ ਕਿ ਨਿਹੰਗ ਸਿੰਘਾਂ ਦੇ ਮਸਲੇ ਦੇ ਵਿੱਚ ਕਿਸੇ ਕਿਸਾਨ ਲੀਡਰ ਨੇ ਜਾਂ ਚਾਹੇ ਉਹ ਕਿਸੇ ਸੂਬੇ ਦਾ ਵੱਡਾ ਜਿਹੜਾ ਕਿਸਾਨ ਲੀਡਰ ਹੋਵੇ ਜਾਂ ਫਿਰ ਲੋਕਲ ਲੈਵਲ ਦਾ ਹੋਵੇ ਤੇ ਕਿਸੇ ਕਿਸਾਨ ਲੀਡਰ ਨੇ ਪਹਿਲੀ ਵਾਰੀ ਇਸ ਤਰ੍ਹਾਂ ਦਾ ਪ੍ਰਤੀਕਰਮ ਜਿਹੜਾ ਨਿਹੰਗ ਸਿੰਘਾਂ ਦੇ ਬਾਰੇ ਦਿੱਤਾ ਹੈ ਉਹ ਜੋ ਸਾਥੀ ਹੈ ਉਹ ਨਵੀਨ ਸੰਧੂ ਗਾਉਂ ਗਕਸ਼ੀਣਾ ਜ਼ਿਲ੍ਹਾ ਕਰਨਾਲ ਦਾ ਰਹਿਣ ਵਾਲਾ ਹੈ ਉਹ ਕੋਈ ਨਕਲੀ ਨਿਹੰਗ ਨਹੀਂ ਹੈ ਉਸ ਨੇ ਵਿਸਾਖੀ ਪੇ 13 ਅਪ੍ਰੈਲ ਕੋ ਇਸੀ ਸਾਲ ਉਹ ਨਿਹੰਗ ਸਿੰਘ ਬਣਾ ਹੈ ਔਰ ਉਹ ਉਸਕੀ ਇੱਕ ਜੋ ਲੈਂਗੁਏਜ ਹੈ ਉਹ ਹਰਿਆਣਵੀ ਹੈ ਪੰਜਾਬੀ ਉਹ ਪੂਰੀ ਬੋਲ ਨਹੀਂ ਪਾਤਾ ਅਭੀ ਬਾਲ ਵੀ ਛੋਟੇ ਛੋਟੇ ਹੈ ਕਿਉਂਕਿ ਉਸਕੋ ਥੋੜਾ ਟਾਈਮ ਹੋਇਆ ਨਿਹੰਗ ਬਣੇ ਵੋ ਕਿਸੀ ਤਰੀਕੇ ਕਾ ਕੋਈ ਨਕਲੀ ਨਿਹੰਗ ਨਹੀਂ ਹੈ ਵੋ ਹਮਾਰੇ ਸਾਥ ਕੇ ਗਾਓ ਗਾਓ ਗਕਸ਼ੀਣਾ ਸੇ ਹੈ ਇਸ ਪੂਰੇ ਅੰਦੋਲਨ ਮੇ ਜਬ ਸੇ ਅੰਦੋਲਨ ਚੱਲ ਰਹਾ ਹੈ ਹਰ ਜਗ੍ਹਾ ਅੰਦੋਲਨ ਮੇ ਮੌਜੂਦ ਰਹਤਾ ਹੈ ਚਾਹੇ ਬਸ ਤੋੜਾ ਟੋਲ ਕੀ ਬਾਤ ਕਰੇ ਕਰਨਾਲ ਮੇ ਧਰਨਾ ਚਲਾ ਸਿੰਘੂ ਬਾਰਡਰ ਪੇ ਵੀ ਉਹ ਲਗਾਤਾਰ ਉਸਕੀ ਹਾਜ਼ਰੀ ਰਹਤੀ ਹੈ ਵੋ ਕੱਲ ਰਾਤ ਵੀ ਵਹੀ ਥਾ ਮੈਂ ਵੀ ਸਿੰਘੂ ਬਾਰਡਰ ਪਰ ਥਾ ਉਹ ਮੇਰੇ ਕੋ ਮਿਲਾ ਵੀ ਥਾ ਵਹਾਂ ਪਰ ਉਸਕੀ ਕਾਫੀ ਹਾਜ਼ਰੀ ਰਹਤੀ ਹੈ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹਤਾ ਹੂੰ ਜੋ ਇਹ ਬਾਤ ਕਹਿਣਾ ਵੀ ਉਹ ਗਲਤ ਆਦਮੀ ਹੈ ਨਿਹੰਗ ਸਿੰਘ ਹੈ ਉਹ ਨਕਲੀ ਬਣਾ ਹੁਆ ਹੈ ਇਹ ਚੀਜ਼ ਸਹੀ ਨਹੀਂ ਹੈ ਉਹ ਗਾਓ ਗਕਸ਼ੀਣਾ ਸੇ ਹਮਾਰੇ ਪੜੋਸੀ ਗਾਓ ਗਾ ਸ਼ੁਰੂ ਸੇ ਇਸ ਅੰਦੋਲਨ ਕੇ ਸਾਥ ਜੁੜਾ ਹੁਆ ਹੈ ਉਸਕਾ ਵਹਾਂ ਪਰ ਕਿਸੀ ਦੁਕਾਨਦਾਰ ਕੇ ਸਾਥ ਕਿਸੀ ਰੇਹੜੀ ਵਾਲੇ ਕੇ ਸਾਥ ਕੋਈ ਵਿਵਾਦ ਹੋ ਗਿਆ ਝਗੜਾ ਹੋ ਗਿਆ ਜਿਸ ਮੇ ਉਸਕੀ ਮਾਰਪੀਟ ਹੋਈ ਹੈ ਔਰ ਉਸ ਮਾਰਪੀਟ ਕੇ ਬਾਅਦ ਉਸਕੋ ਕੁਛ ਨਿਹੰਗ ਸਿੰਘੋ ਨੇ ਵਹਾਂ ਪਰ ਕੁਛ ਲੋਗੋ ਨੇ ਪਕੜ ਲਿਆ ਉਸਕੇ ਬਾਅਦ ਵਹਾਂ ਪਰ ਪੁਲਿਸ ਆਤੀ ਹੈ ਅਬ ਇਸ ਸਮੇ ਕੁੰਡ ਦੀ ਐਸ ਐਚ ਓ ਸੇ ਵੀ ਮੇਰੀ ਬਾਤ ਹੋਈ ਹੈ ਵੋ ਉਨਕੇ ਪਾਸ ਹੈ ਕੁੰਡ ਦੀ ਥਾਣੇ ਮੇ ਹੈ ਵੋ ਸਾਰੇ ਇਸਕੇ ਜੋ ਝਗੜਾ ਹੁਆ ਹੈ ਸਾਰੀ ਬਾਤੋਂ ਕੀ ਜਾਂਚ ਕਰ ਰਹੇ ਹੈ ਇਸ ਸਾਰੀ ਘਟਨਾ ਦਰਮਿਆਨ ਤਸਵੀਰ ਦਾ ਦੂਜਾ ਪਾਸਾ ਦੇਖਣਾ ਵੀ ਬੜਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਪਤਿਤ ਨੌਜਵਾਨ ਤੇ ਹੋਰ ਧਰਮਾਂ ਦੇ ਨੌਜਵਾਨ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜੇ ਨੇ ਤੇ ਇਹ ਵੀ ਤੱਥ ਹੈ ਕਿ ਨਵੇਂ ਸਿੰਘ ਸਜੇ ਵਿਅਕਤੀ ਦੇ ਸਿਰ ਦੇ ਕੇਸ ਵਧਣ ਨੂੰ ਸਮਾਂ ਲੱਗਦਾ ਜਦਕਿ ਦਾੜੀ ਤੇ ਮੁੱਛਾਂ ਦੇ ਕੇਸ ਸਿਰ ਦੇ ਕੇਸਾਂ ਦੇ ਮੁਕਾਬਲੇ ਛੇਤੀ ਵੱਧ ਜਾਂਦੇ ਨੇ ਇਸ ਨੌਜਵਾਨ ਦੇ ਕੇਸ ਵੀ ਹਾਲੇ ਪੂਰੀ ਤਰ੍ਹਾਂ ਲੰਬੇ ਨਹੀਂ ਹੋਏ ਪਤਾ ਲੱਗਦਾ ਕਿ ਪਹਿਲਾਂ ਕੇਸ ਕਟਵਾਉਂਦਾ ਸੀ ਤੇ ਜਗਦੀਪ ਸਿੰਘ ਔਲਖ ਤੇ ਨਵੀਨ ਕੁਮਾਰ ਦੇ ਕਹਿਣ ਦੇ ਮੁਤਾਬਿਕ ਜੇ ਉਸਨੇ ਵਿਸਾਖੀ ਮੌਕੇ ਅੰਮ੍ਰਿਤਪਾਨ ਕੀਤਾ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਅੱਜ ਵਾਲੀ ਕਿਸੇ ਦੁਕਾਨਦਾਰ ਦੇ ਨਾਲ ਹੋਈ ਲੜਾਈ ਤੋਂ ਬਾਅਦ ਜਿਵੇਂ ਉਸਦਾ ਬਾਣਾ ਤੇ ਦਸਤਾਰ ਉਤਾਰੀ ਗਈ ਹੈ
ਉਸਨੂੰ ਨਕਲੀ ਨਿਹੰਗ ਕਿਹਾ ਗਿਆ ਹੈ। ਕੀ ਅਜਿਹਾ ਕਰਨਾ ਵੀ ਠੀਕ ਹੈ? ਜੇ ਉਸਨੇ ਗਲਤੀ ਵੀ ਕੀਤੀ ਹੈ ਤਾਂ ਕੀ ਉਸ ਨਾਲ ਧਾਰਮਿਕ ਤੌਰ ਤੇ ਅਜਿਹਾ ਵਿਵਹਾਰ ਕਰਨਾ ਉਚਿਤ ਮੰਨਿਆ ਜਾ ਸਕਦਾ? ਜੇ ਨਿਹੰਗ ਸਿੰਘਾਂ ਦੀ ਮਰਿਆਦਾ ਦਾ ਕੋਈ ਪਾਲਣ ਨਹੀਂ ਕਰ ਰਿਹਾ ਤਾਂ ਕੀ ਦਲ ਪੰਥ ਦੇ ਵਿੱਚ ਸ਼ਾਮਿਲ ਕਰਨ ਵੇਲੇ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਣਾ ਚਾਹੀਦਾ? ਮਰਿਆਦਾ ਦੇ ਵਿੱਚ ਕੋਈ ਸਖਤਾਈ, ਕਰੜਾਈ ਅਤੇ ਦਲ ਪੰਥ ਦੇ ਵਿੱਚ ਐਂਟਰੀ ਵੇਲੇ ਕੋਈ ਨਿਯਮ ਨਹੀਂ ਹੋਣੇ ਚਾਹੀਦੇ ਕਿ ਕਿਹੜੇ ਬੰਦੇ ਨੂੰ ਪੰਥ ਵਿੱਚ ਸ਼ਾਮਿਲ ਕਰਨਾ ਹੈ ਅਤੇ ਕਿਹੜੇ ਨੂੰ ਨਹੀਂ? ਸੋ ਇਸ ਮਸਲੇ 'ਤੇ ਬਹੁਤ ਕੁਝ ਸੋਚਣ ਵਿਚਾਰਨ ਵਾਲਾ ਹੈ। ਕਿਸੇ ਨੂੰ ਧਰਮ ਦੇ ਪੱਖੋਂ ਅਸਲੀ ਨਕਲੀ ਪਰਖਣ ਦਾ ਕੀ ਪੈਮਾਨਾ ਹੈ ਅਤੇ ਗੁਰੂ ਦੇ ਨਾਲ ਪ੍ਰੇਮ ਪਰਖਣ ਵਾਲਾ ਪੈਮਾਨਾ ਕਿਹਦੇ ਕੋਲ ਹੈ ਇਸ ਦੁਨੀਆਂ ਦੇ ਵਿੱਚ? ਸਾਰੇ ਸੰਵੇਦਨਸ਼ੀਲ ਮੁੱਦੇ ਨੇ। ਇਸ ਬਾਰੇ ਵੀ ਸੋਚਣਾ ਬਣਦਾ ਹੈ ਕਿ ਸਿੱਖੀ ਦੀ ਕਲਾਸ ਵਿੱਚ ਨਵਾਂ ਦਾਖਲਾ ਲੈਣ ਵਾਲੇ ਦੀ ਹੁਣ ਮਨੋਦਸ਼ਾ ਕੀ ਹੋਵੇਗੀ ਜਿਹੜਾ ਇਸ ਵਕਤ ਪੁਲਿਸ ਦੇ ਹਵਾਲੇ ਹੈ। ਇਹ ਕਹਾਣੀ ਦਾ ਦੂਜਾ ਪੱਖ ਹੈ, ਕਿਸੇ ਦਾ ਬਚਾਅ ਕਰਨ ਦੀ ਕੋਸ਼ਿਸ਼ ਨਹੀਂ ਹੈ। ਧੰਨਵਾਦ।